ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਠੀਕ ਠਾਕ ਜੇ? ਸਭ ਕਿੱਥੇ ਆਏ ਆਪਾਂ? ਅੱਜ ਆਪਾਂ ਆਏ ਹਾਂ ਹਰਚੋਵਾਲ, ਵੀਡੀਓ ਸ਼ੂਟ ਹੋਣ ਡਈ ਆ ਗਲੀ 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 ਗਲੀ। ਵੀਡੀਓ ਦਾ ਨਾਂ ਹੈ ਗਲੀ ਗਲੀ। ਅਤੇ ਇੱਥੇ ਬੈਠੇ ਵਿਹਲੇ ਗੱਡੀ ਦੇ ਵਿੱਚ, ਉਹ ਇੱਕ ਬੈਂਫਲ ਬਾਹਰ ਬੈਠੀ ਆ, ਮੰਨੇ ਹੋਣੀ ਬੈਠੇ ਉਹ ਜਾ ਕੇ ਸੰਗੀਤ ਗੁਰਵਰ ਅਤੇ ਮੰਨਾ ਭਲਵਾਨ, ਉਹ ਠੰਡੀ ਹਵਾ ਦੇ ਨਜ਼ਾਰੇ ਲੈਣ ਡਏ ਆ। ਮੈਨੂੰ ਲੱਭ ਗਈਆਂ ਗੁਰਵਰ ਹੋਣਾਂ ਦੀਆਂ ਚੀਜ਼ੀਆਂ, ਆਹ ਔਰਬਿਟ ਚਿੰਗਮ, ਆਹ ਦੇਖੋ ਇਹਦਾ ਲੱਗ ਗਿਆ ਦਾ, ਇਹਨੇ ਸਾਰੀਆਂ ਜਾਣੀਆਂ ਖਾ। ਨਹੀਂ ਗੁਰਵਰ ਦੀਆਂ, ਆਹ ਵੇਖੋ ਇਹ ਸਾਰਾ ਹੀ ਸਮਾਨ ਹੈਗਾ ਗੁਰਵਰ ਦਾ ਅਤੇ ਭੁੱਖੜ ਸਮਰੀਧ ਦਾ। ਅਤੇ ਸ਼ੂਟਿੰਗ ਇੱਥੇ ਹੋਣ ਡਈ ਆ ਕੌੜੇ ਸੱਚ ਦੀ, ਸੁੱਖ ਅਤੇ ਮਨਪ੍ਰੀਤ ਗਈਆਂ ਸ਼ੂਟਿੰਗ ਕਰਨ, ਵਿੱਚੇ ਹੀ ਪਈ ਖਾਲੀ ਕੌਲੀ ਦੇ ਨਾਲ ਚਮਚਾ, ਵਿੱਚੇ ਪਈਆਂ ਹਾਜ਼ਮੇ ਵਾਲੀਆਂ ਗੋਲੀਆਂ ਖਾਓ ਅਤੇ ਬਾਕੀ ਤੁਹਾਨੂੰ ਪਤਾ ਸਾਰਾ ਸਿਸਟਮ ਨਾਲ ਹੀ ਰੱਖੀਦਾ। ਹਾਂ ਖਾਓ ਅਤੇ ਪਚਾਓ। ਅਤੇ ਹੋਰ ਕਿੱਦਾਂ ਜੇ ਸਾਰੇ, ਦੱਸੋ ਕਿੱਦਾਂ, ਠੀਕ ਠਾਕ? ਸਭ ਹੀ ਕਿੱਥੇ ਰਿਹਾ ਇੰਨੇ ਦਿਨ? ਆਪਾਂ ਥੋੜ੍ਹਾ ਜਿਹਾ ਤੁਹਾਨੂੰ ਪਤਾ ਕੰਮ ਜਿਹਾ ਸੀ ਉੱਧਰ ਨੂੰ ਗਏ, ਅਤੇ ਸਾਬੀਣਾ ਨੂੰ ਪੈ ਗਿਆ ਸੀ ਇੱਕ ਕੰਮ, ਉੱਧਰ ਬਿਜ਼ੀ ਸੀ ਅਤੇ ਤਾਂ ਕਰਕੇ ਨਹੀਂ ਇੰਨੇ ਦਿਨ ਵੀਡੀਓ 'ਚ ਆ ਸਕੇ, ਅਤੇ ਅੱਜ ਨਹੀਂ ਆ ਸ਼ੂਟਿੰਗ ਹੋਣ। ਆਪਣੀਆਂ ਬਣਾਈਆਂ ਕਿਹੜੀ ਦੂਜੀਆਂ? ਉਹ ਬਣੀਆਂ ਪਈਆਂ ਸੀ, ਉਹ ਤਿੰਨ ਚਾਰ ਵੀਡੀਓ, ਹੁਣ ਅੱਜ ਵਾਲੀ ਵੀਡੀਓ ਉੱਦਣ ਦੀ ਅੱਧੀ ਬਣੀ ਪਈ ਅਤੇ ਅੱਜ ਥੋੜ੍ਹੀ ਜਿਹੀ ਬਣਾਈ, ਪੰਜਾਂ ਕੁ ਮਿੰਟਾਂ ਦੀ ਤਾਂ ਬਣਾ ਦਿੱਤੀ, ਪਾ ਵੀ ਦਿੱਤੀ। ਜਿੱਦਣ ਆਪਾਂ ਉੱਧਰ ਗਏ ਨਾ ਉਦਣ ਤਿੰਨ ਵੀਡੀਓ ਵਿੱਚ ਹੀ ਮੋਬਾਈਲ ਦੇ ਸੇਵ, ਮਤਲਬ ਅਪਲੋਡ ਹੋਈਆਂ ਸੀ, ਪਬਲਿਕ ਹੀ ਕਰਨ ਵਾਲੀਆਂ। ਚੰਗਾ ਉੱਦਾਂ ਬਣਾ ਕੇ ਰੱਖ ਛੇ ਬੰਦਾ ਹਨਾ। ਹੁਣ ਅੱਜ ਵਾਲੀ ਉਦਣ ਦੀ ਕੋਈ ਵੀਡੀਓ ਨਹੀਂ ਬਣਾਈ, ਅੱਜ ਬਣਾਈ ਆ, ਅੱਧੀ ਕੁ ਪਹਿਲਾਂ ਪਾਈ, ਉਹ ਨਹੀਂ ਐਡਿਟ ਨਹੀਂ ਕੀਤੀ, ਅੱਜ ਥੋੜ੍ਹੀ ਜਿਹੀ ਬਣਾ ਕੇ ਐਡਿਟ ਕਰਕੇ ਅਤੇ ਅਪਲੋਡ ਕਰਤੀ। ਕਿਹੜੀ ਕਿਹੜੀ ਚੱਲਣ ਡਈ ਹੈ? ਇੱਕੋ ਹੀ ਚੱਲਣ ਡਈ, ਕਿਹੜੀ ਕਿਹੜੀ ਕਿੰਨੀ ਕਰਮਾਂ ਦੀ। ਤੁਸੀਂ ਦੋ ਨਹੀਂ ਚਲਾਈਆਂ? ਨਾ, ਕਰਮਾਂ ਦੀ ਖੇਡ, ਖੇਡ ਤਾਂ ਵਾਕਈ ਕਰਮਾਂ ਦੀ ਹੈ, ਖੇਡ ਕਰਮਾਂ ਦੀ, ਇਹ ਵਾਕਈ ਖੇਡ ਕਰਮਾਂ ਦੀਆਂ ਹੀ ਆ। ਹੁਣ ਤੁਹਾਨੂੰ ਪਤਾ ਆਪਾਂ ਸੋਨਵੀਰ ਕਿੱਥੋਂ ਮਿਲਣਾ, ਨਹੀਂ ਤੇ ਹੈ ਹੀ ਆਪਣਾ ਵਾਹ ਵਾਸਤਾ। ਨਾ ਨਾ, ਕਰਮਾਂ ਦੀਆਂ ਖੇਡਾਂ, ਵੀਡੀਓ ਕਰਕੇ ਬੜੇ ਜਣੇ ਮਿਲੇ, ਫਿਰ ਤੁਹਾਡੇ ਅਰਗੇ ਭੈਣ ਭਰਾ ਮਿਲੇ ਜਿਹੜੇ ਤੁਸੀਂ ਇਹਨੂੰ ਵੇਖਦੇ ਜੇ, ਪਿਆਰ ਕਰਦੇ ਜੇ, ਨਹੀਂ ਤਾਂ ਅਸੀਂ ਕਿੱਥੇ ਸਾਹਮਣੇ ਆਉਣਾ ਸੀ, ਨਾ ਤੁਸੀਂ ਇਹਨੂੰ ਜਾਣਨਾ ਸੀ, ਨਾ ਤੁਸੀਂ ਲੈਣਾ ਦੇਣਾ ਇੱਦਾਂ ਦਾ ਸੀ। ਹਾਂ ਹੈ ਨਾ, ਸੋਨੂੰ ਵੀ ਤੇਰਾ ਤੇ ਲੈਣਾ ਦੇਣਾ ਇੱਦਾਂ ਦਾ ਸੀ, ਆਹੋ ਸਮਝਦਾ ਨਾ, ਪੂਰਾ ਪੂਰਾ ਸਹੀ ਗੱਲ। ਚਲੋ ਬਾਬਾ ਕਿਰਪਾ ਕਰੇ ਅਤੇ ਇੱਦਾਂ ਹੀ ਪਿਆਰ ਕਰਦੇ ਰਹੋ, ਅਤੇ ਤੁਹਾਡੇ ਕਰ ਵਾਸਤੇ ਨਵੇਂ ਤੋਂ ਨਵਾਂ ਕੁਛ ਲੈ ਕੇ ਆਉਂਦੇ ਰਹਾਂਗੇ। ਬਾਕੀ ਪਹਿਲਾਂ ਕਦੀ ਸੋਚਿਆ ਵੀਡੀਓ ਬਣਾਉਣੀ ਆ ਅਤੇ ਇੱਦਾਂ ਕੰਮ ਕਰਿਆ ਕਰਨਾ? ਕਦੇ ਨਹੀਂ। ਮੈਂ ਕਦੀ ਨਾ ਆਪਾਂ ਦੁਕਾਨ ਦਾ ਸਮਾਨ ਲੈਣ ਗਏ ਜਲੰਧਰ, ਭਲਵਾਨ ਮੰਨਾ ਗੱਡੀ ਚਲਾਉਣ ਡਿਆ ਬਲੈਰੋ 'ਚ ਗਏ। ਆਹੋ ਮੈਂ ਵੀ ਗਿਆ ਸੀ ਨਾਲ। ਨਾ ਨਾ, ਉਹ ਬੜੇ ਚਿਰ ਦੀ ਗੱਲ ਆ, ਢਾਈ ਕੁ ਸਾਲ ਪਹਿਲਾਂ ਦੀ ਆ ਹੋਏ ਅਤੇ ਹੁਣ ਦੀ ਗੱਲ, ਉਹ ਢਾਈ ਕੁ ਸਾਲ ਤਿੰਨ ਸਾਲ ਪਹਿਲਾਂ ਦੀ। ਭਲਵਾਨ ਕਹਿੰਦਾ ਨਵਾਂ ਨਵਾਂ ਆਪਾਂ ਇੱਕ ਕੰਮ ਸਟਾਰਟ ਕੀਤਾ ਵਾ, ਆਪਾਂ ਆਖਿਆ ਕੀ? ਆਂਦਾ ਇੱਦਾਂ ਯੂਟਿਊਬ 'ਤੇ ਇਹ ਵਧੀਆ ਬਿਜ਼ਨਸ ਬਣ ਜਾਂਦਾ ਵਾ, ਆਪਾਂ ਕਿਹਾ ਉਹ ਬਿਜ਼ਨਸ ਬਣ ਜਾਂਦਾ ਇੱਥੇ, ਇਹ ਤਾਂ ਕੋਈ ਵੱਡੀ ਹਨਾ ਚੈਨਲ ਚੁਣਨ ਦਾ ਸਿਸਟਮ ਕੋਈ ਹੋਊ ਵੱਡੇ ਪੱਧਰ 'ਤੇ, ਫਿਰ ਚਲੋ ਕਮਾਈ ਦਾ ਸਾਧਨ ਬਣਦਾ। ਆਂਦਾ ਨਹੀਂ, ਚਲੋ ਮਿਹਨਤ ਆ, ਬਾਕੀ ਮਿਹਨਤ ਕਰਿਆ ਕਰਾਂਗੇ ਅਤੇ ਦੋ ਢਾਈ ਸਾਲ ਲੱਗਣਗੇ। ਚਲੋ ਭਲਵਾਨ ਨੇ ਸਾਰੇ ਹੀ ਆਪਣੇ ਵਾਲੇ ਪਾਸੇ ਲਾ ਲਏ ਫਿਰ। ਵਧੀਆ, ਉਹਨੇ ਵੇਖ ਲਾ ਭਲਵਾਨ ਹੋਣਾ ਕਰਕੇ ਬੜੇ ਜਣਿਆਂ ਨੂੰ ਮਤਲਬ ਰੁਜ਼ਗਾਰ ਮਿਲਿਆ, ਜੇ ਨਾ ਯੂਟਿਊਬ 'ਤੇ ਆਉਂਦੇ ਮਨਜੋਤ ਹੋਣੀ, ਮਨਪ੍ਰੀਤ ਹੋਣੀ, ਅਤੇ ਆਪਾਂ ਵੀ ਨਹੀਂ ਆਉਣਾ, ਇਹਨਾਂ ਦੇ ਕਰਕੇ ਅਸੀਂ ਤੁਹਾਡੇ ਸਾਹਮਣੇ ਆਏ। ਮੈਨੂੰ ਕਿੰਨੇ ਵਾਰੀ ਭਲਵਾਨ ਨੇ ਕਿਹਾ ਸੀ ਉਹ ਤੋਂ ਪਹਿਲਾਂ, ਯਾਰ ਜੋੜੀ ਲੱਭ ਕੇ ਦੇ, ਇੱਕ ਜੋੜੀ ਲੱਭ ਕੇ ਦੇ, ਹਨਾ। ਮੈਨੂੰ ਇਹ ਨਹੀਂ ਖਿਆਲ ਹੋਣਾ ਵੀ ਆਪਾਂ ਵੀ ਕਰ ਸਕਦੇ ਹਾਂ, ਉਹ ਹੀ ਨਹੀਂ ਆਉਂਦਾ ਆਪਣੇ ਤੇ, ਨਹੀਂ ਖਿਆਲ ਆਉਂਦਾ ਬੰਦੇ ਨੂੰ। ਮੈਂ ਕਹਿਣਾ ਕੋਈ ਗੱਲ ਨਹੀਂ ਭਾਂ ਜੀ ਵੇਖ ਲੈਂਦੇ ਹਾਂ, ਹਨਾ। ਕਿੰਨੇ ਵਾਰੀ ਕਿਹਾ, ਪਰ ਬਾਅਦ 'ਚ ਇੱਕ ਦਿਨ ਇੱਦਾਂ ਮਨਪ੍ਰੀਤ ਦੀਦੀ ਇੱਥੇ ਦੁਕਾਨੇ ਮਿਲੇ ਅਤੇ ਅੱਜ ਕਹਿੰਦੇ ਠੀਕ ਆ, ਬਾਕੀ ਆਇਆ ਕਰੋ, ਬਾਕੀ ਰੋਜ਼ਗਾਰ ਰੱਬ ਸਭ ਨੂੰ ਦੇਵੇ, ਅਤੇ ਦਾਲ ਫੁਲਕਾ ਸਾਰਿਆਂ ਦਾ ਚੱਲਿਆ ਹੀ ਰਹੇ, ਚੰਗੀ ਗੱਲ ਆ, ਅਤੇ ਬਾਕੀ ਬਹਾਨਾ ਹੀ ਬਣਦਾ ਕੋਈ ਨਾ ਕੋਈ, ਅਤੇ ਜਦੋਂ ਉਹਨੇ ਦੇਣਾ ਕਿਸੇ ਨਾ ਕਿਸੇ ਬਹਾਨੇ ਦੇਣਾ ਹੀ ਆ, ਹਰ ਇੱਕ ਨੂੰ ਦਿੰਦਾ ਉਹ, ਅਤੇ ਹਰ ਇੱਕ ਨੂੰ ਦੇਵੇ ਵੀ, ਕਿਉਂ ਹੈ ਸਾਬੀ? ਮੈਂ ਕਿਹਾ ਬਹਾਨਾ ਹੀ ਬਣਦਾ ਵਾ ਵੀ ਕਿਸੇ ਨਾ ਕਿਸੇ ਬਹਾਨੇ ਉਹਨੇ ਦੇਣਾ, ਅਤੇ ਹਰ ਇੱਕ ਦਾ ਦਾਲ ਫੁਲਕਾ ਰੱਬ ਚਲਾਈ ਰੱਖੇ, ਸਭ ਨੂੰ ਤਰੱਕੀ ਦੇਵੇ, ਸਭ ਨੂੰ ਤਰੱਕੀ ਬਖਸ਼ੇ, ਅਤੇ ਬਾਕੀ ਨੀਤਾਂ ਨੂੰ ਮੁਰਾਦਾਂ। ਕੁਝ ਲੋਕ ਨੇ
ਵੀਡੀਓ ਪਾ ਕੇ ਕਈਆਂ ਨੂੰ ਬਦਨਾਮ ਕਰਦੇ ਜੀ ਏਦਾਂ ਕਰਦੇ ਓਦਾਂ ਕਰਦੇ ਮੈਂ ਵੇਖਦਾ ਨਾ ਵੀਡੀਓ ਕਰਦੇ ਜਿਹੜੇ ਕਰੀ ਜਾਣ ਉਹਨਾਂ ਦਾ ਪਰ ਇਹ ਆ ਵੀ ਹਰ ਇੱਕ ਨੇ ਆਪੋ ਆਪਣਾ ਜਿਹਦੇ 'ਚ ਜੋ ਟੈਲੈਂਟ ਹੈਗਾ ਉਹ ਵਿਖਾਉਂਦਿਆ ਵਿਚਾਰਾ ਹੈ ਨਾ ਬਸ ਹੁਣ ਮੈਂ ਕਮੈਂਟਰੀ ਕਰਦਾ ਵਾਂ ਆਪਣੀ ਇੱਕੋ ਆਪੀ ਸਪੋਰਟ ਨਹੀਂ ਕਰ ਸਕਦੇ ਨਾ ਕਿਸੇ ਨੂੰ ਮਾੜਾ ਵੀ ਨਾ ਕਹੋ ਉਹਨੂੰ ਨਾ ਵੇਖੋ ਜਿਹੜਾ ਨਹੀਂ ਪਸੰਦ ਆਉਂਦਾ ਉਹਨੂੰ ਨਾ ਵੇਖੋ ਕਮੈਂਟਰੀ ਕਰਦਾ ਨਾ ਮੈਨੂੰ ਨਹੀਂ ਪਤਾ ਵੀ ਮੈਂ ਰੁਜ਼ਗਾਰ ਦਾ ਸਾਧਨ ਬਣ ਜਾਣਾ ਐਦਾਂ ਕਬੱਡੀ ਖੇਡਦਾ ਮਾੜਾ ਮੋਟਾ ਜਿਹਾ ਮੈਕ ਫੜ ਲਿਆ ਤੇ ਬੋਲਣ ਲੱਗ ਪਏ ਚਲੋ ਜੀ ਹੌਲੀ 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 ਸਾਰੇ ਮੈਨੂੰ ਕਹਿੰਦੇ ਕਬੱਡੀ ਖੇਡਣੀ ਬੰਦ ਕਰ ਆਹ ਕੰਮ ਵਧੀਆ ਵਾ ਤੇ ਉਧਰ ਨੂੰ ਲੱਗ ਪਏ ਚਲੋ ਰੋਟੀ ਦਾ ਸਾਧਨ ਬਣ ਗਿਆ ਇਹ ਵੀ ਟੈਲੈਂਟ ਹੀ ਆ ਟੈਲੈਂਟ ਆ ਕੇ ਇਹ ਕਿਹੜਾ ਬੋਲਣਾ ਸੌਖਾ ਕਬੱਡੀ ਨਹੀਂ ਟੈਲੈਂਟ ਉਹ ਤੇ ਟੈਲੈਂਟ ਆ ਵੀਡੀਓ ਦਾ ਵੀ ਟੈਲੈਂਟ ਆ ਇਹ ਵੀ ਹਾਰੀ ਸਾਰੀ ਨਹੀਂ ਕਰਦਾ ਐਦਾਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਕੈਮਰੇ ਅੱਗੇ ਆਣ ਕੇ ਕਬੱਡੀ ਜੱਚਦੀ ਵੀ ਕਮੈਂਟਰੀ ਨਾਲ ਕਰਮਾ ਦੀ ਖੇਡ ਤੇ ਗਲੀ ਗਲੀ ਦੇ ਵਿੱਚ ਹੋਣ ਡਿਆ ਡੇ ਹਰਚੋ ਵਾਲੇ ਤੇ ਸੀਨ ਮੌਸਮ ਬਦਲ ਗਿਆ ਵਾ ਗਰਮੀ ਗਰਮੀ ਹੋਈ ਪਈ ਆ ਹੁਣ ਗਰਮੀ ਹੋ ਗਈ ਆ ਪਰ ਅਜੇ ਉਦਾਂ ਠੀਕ ਆ ਪਰ ਗਾਂ ਜ਼ਿਆਦਾ ਹੋਈ ਮੱਛਰ ਮੱਛਰ ਹੋਈ ਪਈ ਆ ਬੜਾ ਜ਼ਹਿਰੀਲਾ ਤਿੱਖਾ ਅੱਖਾਂ ਦੀ ਮੱਛਰ ਨਹੀਂ ਕਹੀਦਾ ਡਾਕਟਰ ਵਾ ਕੀ ਉਹ ਡਾਕਟਰ ਹੁੰਦਾ ਟੀਕੇ ਲਾਉਣ ਡਾਕਟਰ ਆ ਸਰਕਾਰੀ ਡਾਕਟਰ ਨੇ ਉਹ ਭਗਵੰਤ ਮਾਨ ਨੇ ਛੱਡੇ ਸਹੀ ਗੱਲ ਜਿਹਨੇ ਕਰੋਨਾ ਵਾਲੇ ਨਹੀਂ ਲਵਾਏ ਹੁਣ ਲਾ ਦੋ ਜਾ ਕੇ ਘਰ ਘਰ ਪਰ ਬੈਂ ਬੈਂ ਬੁਲਾ ਦਿੰਦਾ ਜੀ ਅੱਖ 'ਚ ਪੈ ਜਾਈ ਬੜਾ ਤੂੰ ਆ ਕੇ ਕੰਨ 'ਚ ਕਹਿੰਦਾ ਤੂੰ ਵੀ ਅਜੇ ਰਹਿੰਦਾ ਲਾਉਣ ਵਾਲਾ ਟੀਕਾ ਫਿਰ ਉਹ ਲਾ ਜਾਂਦਾ ਤੇ ਚਲੋ ਉਹਦੀ ਵੀ ਡਿਊਟੀ ਆ ਉਹਨੇ ਨਿਭਾਉਣੀ ਆ ਡਿਊਟੀ ਡਿਊਟੀ ਡਿਊਟੀਆਂ ਸਾਰਿਆਂ ਦੀਆਂ ਵਾ ਹਰ ਚੀਜ਼ ਦੀ ਆਪੋ ਆਪਣੀ ਡਿਊਟੀ ਆ ਹੁਣ ਜਿਹੜੀ ਵੀਡੀਓ ਬਣਦੀ ਆ ਵੀ ਤੇ ਡਿਊਟੀ ਆ ਇਹ ਵੀ ਡਿਊਟੀ ਆ ਬਈ ਇਹ ਵੀ ਡਿਊਟੀ ਪਾਉਣੀ ਪੈਂਦੀ ਹਾਂਜੀ ਕ੍ਰਿਕਟ ਖੇਡਦਾ ਹੈ ਕੌਣ ਛੱਕੇ ਕੌਣ ਮਾਰਦਾ ਇੱਥੇ ਖੇਡਦੇ ਇੱਥੇ ਗਲੀ ਚ ਗਰਾਊਂਡ ਚ ਨੀ ਜਾਂਦੇ ਠੀਕ ਆ ਤੇਰੇ ਨਾ ਇਹੀ ਤੈਨੂੰ ਤੈਨੂੰ ਨਾਲ ਲੈ ਕੇ ਜਾਣਾ ਲੜਾਈ ਕਰ ਹਾਂ ਨਹੀਂ ਚਲੋ ਠੀਕ ਆ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫੇਰ ਮਿਲਦੇ ਹਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵਸਦੇ ਰਹੋ ਬਾਏ 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 ਵੇਖੋ ਗੁਰਵਰ ਵੇਟ ਮਾਰਦਾ ਗੁਰਵਰ ਗੁਰਵਰ ਲਾ ਲਿਆ ਵੇਟ ਲਾ ਲਿਆ ਗੁਰਵਰ ਲਾ ਲਿਆ ਵੇਟ ਹੈਂ ਆਪ ਵੇਖੋ ਭਲਵਾਨ ਦੋਵੇਂ ਵੇਟ ਲਾਉਣ ਲਈ ਕਹਿੰਦਾ ਮੈਂ ਬੋਡੀ ਬਣਾਉਣੀ ਹੈ ਕਹਿੰਦਾ ਬੋਡੀ ਬਣਾ ਬੋਡੀ ਬਿਲਡਰ ਬਣਨਾ ਤਾਂ ਦੋਵਾਂ ਨੇ ਹੁਣ ਤੂੰ ਪੈਰ ਤੇ ਨੰਬਰ ਵਾਲੀ ਜੇ ਆਪਣੇ ਨਾਲ ਮਾਰਿਆ ਤਾਂ ਉਹਦੇ ਮਾਰਨਾ ਤੂੰ ਲੱਗਦਾ ਹਾਂ ਉਹ ਬੱਲੇ ਜਿਹੜੇ ਬੱਲੇ ਉਹ ਕੱਡੇ ਭਾਰੇ ਡੰਬਲ ਚੁੱਕ ਲਏ ਹਾਂ ਵੇਖੋ ਗੁਰੂ ਨੇ ਡੰਬਲ ਚੁੱਕੀ ਵੇਖੋ ਇੰਨੇ ਭਾਰੇ ਇੰਨਾ ਵੇਟ ਨਾ ਮਾਰ ਗੁਰਵਰ ਇੱਕੋ ਦਿਨ ਹੀ ਵੇਟ ਮਾਰ ਲੈਣਾ ਸਾਰਾ ਅੱਜ ਹੈਂ ਹੂੰ ਇਹ 10 ਕਿਲੋ ਨਹੀਂ 5 ਕਿਲੋ ਆ 5 ਕਿਲੋ ਹੀ ਹੋਣੀ ਹੂੰ
5 kg ਹੈ ਗੁੱਡ ਗੁੱਡ ਬੋਡੀ ਬਿਲਡਰ ਬੰਨਾ ਬੋਡੀ ਬਿਲਡਰ ਬੋਡੀ ਬਿਲਡਰ ਬੰਨਾ ਹੈ ਗੁਰਵਰ ਆਂਦਾ ਜੇ ਮੈਂ ਸਾਰਾ ਹੀ ਵੇਟ ਮਾਰ ਦੇਣਾ ਜੇ ਜਿੱਦਾਂ ਅੱਜ ਹੀ ਭਲਵਾਨ ਜਿੱਦਾਂ ਅੱਜ ਹੀ ਭਲਵਾਨ ਬਣ ਕੇ ਜਾਣਾ ਨੇ ਵੇ ਫਿਰਦਾ ਵੇ ਵਾਹ ਉਹਦੇ ਨੱਟ ਜੇ ਆ ਗਏ ਸੂਤ ਬਸ थले ना जी मुड़के कटना किन्ने ये है साहब पहलवान कबड्डी के माहिर लगता शाम के सवेरे भी चल हूँ हूँ ला चल ला इन्हें राड थले आ जाना वा जिडा के दस्ती वह ही नहीं चुकी जानी नहीं चुकी जानी देखो हैं केड़ी तू तू डंबल ही चक ली ओह बड़े एक भी चक ले थे अभी डी ए नट जो सूत आ गए चुकी पैदा कले नहीं चाहिए ओदा शरीर सैट रहा यार बंदा माड़ा मोटा इतना मार बोल शरीर सैट रहा वा वाह जी वाह चुक लिया वेट के हाँ जी thank you.